ਮੇਰੀ ਵੀਡੀਓ ਵਿੱਚ ਤੁਹਾਡਾ ਸਾਰਿਆਂ ਸਵਾਗਤ ਹੈ। ਵੀਡੀਓ ਨੂੰ ਲਾਈਕ ਅਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ। ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਬਹੁਤ ਹੀ ਜ਼ਿਆਦਾ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜਿਸ ਦੇ ਵਿੱਚ ਇੱਕ ਮੁੰਡਾ ਕੇਕ ਲੈ ਕੇ ਜਾਂਦਾ ਕੁੜੀ ਦੇ ਰੂਮ 'ਚ, ਜਿੱਥੇ ਕਿ ਉਹ ਕੁੜੀ ਆਪਣੇ ਹਸਬੈਂਡ ਨਾਲ ਸੁੱਤੀ ਪਈ ਹੁੰਦੀ ਅਤੇ ਉੱਥੋਂ ਜਾ ਕੇ ਕੰਬਲ ਚੱਕ ਦਿੰਦਾ। ਜਿਸ ਵੀਡੀਓ ਨੂੰ ਦੇਖ ਕੇ ਸਾਰੇ ਲੋਕ ਗਾਲਾਂ ਹੀ ਕੱਢ ਰਹੇ ਨੇ। ਬਾਕੀ ਤੁਸੀਂ ਉਹ ਪਹਿਲਾਂ ਵੀਡੀਓ ਦੇਖੋ ਤਾਂ ਉਸ ਤੋਂ ਬਾਅਦ ਕਰਨ ਦਾ ਤਾਂ ਇਸ ਬਾਰੇ ਕੀ ਬੋਲਿਆ, ਤੁਸੀਂ ਉਹ ਵੀ ਅੱਗੇ ਵੀਡੀਓ ਜ਼ਰੂਰ ਦੇਖਿਓ। ਲੋਕ ਇਹੀ ਕਹਿ ਰਹੇ ਨੇ ਕਿ ਜੇਕਰ ਵੀਡੀਓ ਬਣਾ ਹੀ ਲਈ ਤਾਂ ਅਪਲੋਡ ਕਰਨ ਦੀ ਕੀ ਲੋੜ ਪਈ ਸੀਗੀ, ਉਹ ਵੀ ਜੇਕਰ ਇਦਾਂ ਦੀ ਬਣ ਚੁੱਕੀ ਤੀ। ਕਿ ਤੁਹਾਡੇ ਕੀ ਵਿਚਾਰ ਨੇ ਤੁਸੀਂ ਵੀ ਕਮੈਂਟ ਸੈਕਸ਼ਨ ਜ਼ਰੂਰ ਕਮੈਂਟ ਕਰਿਓ। ਮੈਨੂੰ ਤਾਂ ਲੱਗਾ ਹੈ ਕਿ ਜੇਠਾ ਲਾਲੀ ਸਿਰਫ ਆਪਣੇ ਸਾਲੇ ਤੋਂ ਤੰਗ ਆ ਕਿ ਉਹ ਉਲਝਲੂਲ ਹਰਕਤਾਂ ਕਰਦਾ। ਇੱਥੇ ਤਾਂ ਬਥੇਰੇ ਟਾਈਪ ਆਫ ਸਾਲਾ ਹੈਗੇ ਕਿ ਹਾਂ ਨਹੀਂ, ਇਹਨੂੰ ਤਾਂ ਭੈਣ ਚੋਂ ਸਾਲਾ ਗਾਲ ਹੀ ਕੱਢੋ, ਕੁਛ ਤਾਂ ਨਹੀਂ ਹੈਗਾ। ਉਹ ਬੰਦਾ ਆਪਣੀ ਭੈਣ ਚੋਂ ਪੋਟੀਆਂ ਸੁੱਤਾ ਪਿਆ, ਉਹਦੇ ਰਜਾਈ ਜੀ ਵੜ ਗਿਆ, ਹੈਪੀ ਬਰਥਡੇ ਵਿਸ਼ ਕਰਨ ਮਾਮਾ ਤੇਰੇ ਚੱਕਰ ਤਲਾਕ ਹੋ ਜਾਣਾ ਤੇ ਨਾਮ ਤੇਰਾ ਲੱਗ ਜਾਣਾ ਸੀ, ਕੀ ਹੋਇਆ ਪਿਆ। ਵੀਡੀਓ ਬਣ ਗਈ ਠੀਕ ਹੈ, ਪਾਉਣ ਦਾ ਕੀ ਮਤਲਬ ਸੀ, ਦੇਖ ਹੀ ਲੋ ਕਿ ਸਾਲੇ ਦੁਖਾਣ ਕੀ ਲੱਗੇ ਆ। ਇਹੋ ਜਿਹਾ ਕਿਹੜਾ ਸਰਪ੍ਰਾਈਜ਼ ਕੀ ਭੈਣ ਚੋਂ ਬੰਦਾ ਪੂਰੀ ਆਪਣੇ ਰਿਗਰੈਟ 'ਚ ਬੈਠਾ ਰਹੇ, ਸ਼ੁਕਰ ਘਰ ਜੱਫੀ ਪਾਈ ਸੀ। 15 ਮਿੰਟ ਹੋਰ ਬਾਅਦ ਆਉਂਦਾ ਤੇ ਵੀਡੀਓ ਵੈਜ